ਗੁਰੂ ਵਾਹ ਗੁਰੂ ਸੰਗਤ ਜੀ ਗੁਰਦੁਆਰਾ ਪ੍ਰਬੰਧ ਸੁਧਾਰ ਲੈ ਜਿਹੜੇ ਅਸੀਂ ਪੁਸਤਕ ਪੜ੍ਹ ਰਹੇ ਆ ਇਹਦੇ ਵਿੱਚ ਸੀ ਐਫ ਐਂਡਰੀਅਸ ਨੇ 12 ਸਤੰਬਰ 1922 ਵਿੱਚ ਜੋ ਆਪਣੀ ਅੱਖੀਂ ਦੇਖਿਆ ਸੀ ਉਹਨਾਂ ਨੇ ਉਹ ਸਭ ਕੁਝ ਲਿਖ ਕੇ ਪ੍ਰੈਸ ਨੂੰ ਪੇਜਿਆ ਸੀ ਉਹਦਾ ਇੱਥੇ ਵੀ ਰਿਤਾਤ ਚੱਲ ਰਿਹਾ ਵੇ ਗੁਰੂ ਕੇ ਬਾਗ ਦਾ ਉਨੇ ਅੱਖੀ ਵੇਖਿਆ ਸੀ ਕਿ ਕੀ ਕੀ ਸੱਤਾ ਤੇ ਅ ਦਸ਼ਦਤ ਸਕੇ ਹਥਿਆਰ ਚੁੱਕੇ ਬਿਨਾ ਸਿੰਘਾ ਨੇ ਆਪਣਾ ਬੁਰੂ ਕਰਾਂ ਦੀ ਸੇਵਾ ਕੀਤੀ ਸੀ ਇਸ ਸਾਰੇ ਦ੍ਰਿਸ਼ ਅੰਦਰ ਵਗਦੇ ਦਾਸ ਦੇ ਨੇ ਕਿ ਇਸ ਸਾਰੇ ਦ੍ਰਿਸ਼ ਅੰਦਰ ਵਰਤਿਆ ਵੈਸ਼ੀਪਨਾ ਅਤੇ ਇਨਸਾਨੀਅਤ ਤੋਂ ਗਿਰਿਆ ਹੋਇਆ ਵਰਤਾਓ ਹੋਰ ਵੀ ਅਕਥ ਹੋ ਜਾਂਦਾ ਹੈ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਜਿੰਨਾ ਮਨੁੱਖਾਂ ਨੂੰ ਮਾਰਿਆ ਜਾ ਰਿਹਾ ਸੀ ਉਹ ਇਹ ਸਾਰਾ ਸਮਾ ਹੀ ਅਰਦਾਸ ਅੰਦਰ ਜੁੜੇ ਹੋਏ ਸਨ ਅਤੇ ਉਹਨਾਂ ਇਸ ਗੱਲ ਦੀ ਸੋਚੀਂਕੀ ਹੋਈ ਸੀ ਕਿ ਉਹ ਮਨ ਬਚਨ ਤੇ ਕਰਮ ਕਰਕੇ ਖਾਮੋਸ਼ ਤੇ ਸ਼ਾਂਤ ਰਹਿਣਗੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਜਿੰਨਾ ਅਕਾਲੀ ਸਿੱਖਾਂ ਨੇ ਇਹ ਸੁਗੰਧ ਖਾਦੀ ਹੋਈ ਸੀ ਭਾਵੇਂ ਉਹਨਾਂ ਇਹ ਸੁਗੰਧ ਦਰਬਾਰ ਸਾਹਿਬ ਤੋਂ ਤੁਰਨ ਸਮੇਂ ਉਠਾਈ ਸੀ ਜਾਂ ਗੁਰੂ ਕੇ ਬਾਗ ਗੁਰਦੁਆਰੇ ਵਿੱਚ ਇੰਨਾ ਵਿੱਚ ਬਹੁਤ ਸਾਰੇ ਫੌਜੀ ਸਨ ਉਹਨਾਂ ਨੇ ਫਲੈਂਡਰਸ, ਫ੍ਰਾਂਸ, ਮੇਸੋਪੋਟੇਮੀਆ ਅਤੇ ਪੂਰਬੀ ਅਫਰੀਕਾ ਵਿੱਚ ਬਹੁਤ ਸਾਰੇ ਯੁੱਧਾਂ ਜੰਗਾਂ ਵਿੱਚ ਭਾਗ ਲਿਆ ਸੀ ਉਹਨਾਂ ਵਿੱਚੋਂ ਕਈਆਂ ਨੇ ਆਪਣੇ ਆਪ ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਫੱਟੜ ਅੰਗਰੇਜ਼ਾਂ ਦੀਆਂ ਜਾਨਾਂ ਬਚਾਈਆਂ ਹੋਣਗੀਆਂ ਪਰ ਹੋਨ ਉਸੇ ਹਕੂਮਤ ਦੇ ਨੌਕਰ ਅੰਗਰੇਜ਼ ਕਰਮਚਾਰੀਆਂ ਹੱਥੋਂ ਉਹ ਮਾਰ ਪਟਕਾਏ ਜਾ ਰਹੇ ਸਨ ਜਿਸ ਦੇ ਅਧੀਨ ਇੰਨਾ ਨੇ ਇਹ ਲੜਾਈਆਂ ਲੜੀਆਂ ਸਨ ਭਾਵੇਂ ਇਸ ਮਾਰਕੁਟਾਈ ਦਾ ਹਰਵਾਲ ਸਹਿਣਾ ਉਹਨਾਂ ਦੀ ਹੇਠੀ ਅਤੇ ਨਿਰਾਦਰੀ ਦਾ ਸੂਚਕ ਸੀ ਪਰੰਤੂ ਉਹ ਇੰਨਾ ਨੂੰ ਚੁੱਪ ਚਾਪ ਸਹੀ ਜਾਣ ਲਈ ਮਜਬੂਰ ਸਨ ਅਤੇ ਜਿਸ ਸਾਹਸ ਨਾਲ ਇਹ ਬਾਤ ਸਹਿ ਜਾਂਦਾ ਸੀ ਉਹ ਸਹਿਨ ਵਾਲੇ ਦੀ ਮਹਾਨ ਜਿਤਦਾ ਲਖਾਇਕ ਸੀ ਇਹਨਾਂ ਬੰਦਿਆਂ ਵਾਸਤੇ ਇਹ ਇੱਕ ਅਜੀਬ ਅਤੇ ਨਵਾਂ ਤਜਰਬਾ ਸੀ ਕਿਉਂਕਿ ਉਹ ਬਿਨਾਂ ਮੂੰਹੋਂ ਇੱਕ ਸ਼ਬਦ ਕੱਢੇ ਜਾ ਮੋੜਵਾ ਵਾਰ ਕੀਤੇ ਦੇ ਐਨੀਆਂ ਸਖਤ ਸਖਤ ਐਨੀਆਂ ਸਖਤ ਸੱਟਾਂ ਸਹਿ ਰਹੇ ਸਨ ਜਿੰਨਾ ਸਾਹਮਣੇ ਇੰਨਾ ਦਾ ਸੰਭਲਣਾ ਵੀ ਸੰਭਵ ਨਹੀਂ ਸੀ ਉਹ ਆਪਣੇ ਗੁਰੂ ਦੇ ਸਾਹਮਣੇ ਖਾਦੀ ਸੋ ਵਿੱਚ ਅੱਖਰ ਅੱਖਰ ਪੂਰਾ ਉੱਤਰ ਰਹੇ ਸਨ ਜਵਾਬੀ ਮਵਾਰਤਾ ਕੀ ਸੀ ਉਹਨਾਂ ਦੇ ਚਿਹਰਿਆਂ ਪਰ ਮੁਕਾਬਲੇ ਦੀ ਭਾਵਨਾ ਦਾ ਵੀ ਨਿਸ਼ਾਨ ਨਹੀਂ ਸੀ ਜਿਉਂ-ਜਿਉਂ ਉਹ ਅੱਗੇ ਵਧਦੇ ਉਹ ਰੱਬ ਉੱਪਰ ਪੂਰਨ ਵਿਸ਼ਵਾਸ ਰੱਖਣ ਅਤੇ ਧਰਮ ਦੇ ਨਾਮ ਤੇ ਆਪਾ ਵਾਰਨ ਵਾਲੇ ਸੱਚੇ ਸੁੱਚੇ ਸ਼ਹੀਦ ਪ੍ਰਤੀਤ ਹੁੰਦੇ ਸਨ ਉਨਾਂ ਦੇ ਗੁਰੂਆਂ ਦੀਆਂ ਦਿੱਤੀਆਂ ਕੁਰਬਾਨੀਆਂ ਅਤੇ ਸਹੇਤਸੀ ਹੈ ਉਨਾਂ ਨੂੰ ਅੱਖਾਂ ਸਾਹਮਣੇ ਦਿਸਦੇ ਲੱਗਦੇ ਸਨ ਅਤੇ ਉਹ ਖੁਸ਼ ਸਨ ਕਿ ਉਹ ਆਪਨੇ निराले ਧਰਮ ਦੀ ਵੇਦੀ ਉੱਤੇ ਆਪਨੇ ਜੀਵਨ ਦੀ ਬਲੀ ਦੇ ਕੇ ਇਸ ਦੇ ਭੰਡਾਰ ਨੂੰ ਹੋਰ ਭਰਪੂਰ ਕਰ ਰਹੇ ਸਨ ਸਾਰੇ ਸਿੱਖ ਦਰਸ਼ਕ ਵੀ ਉਹਨਾਂ ਦੇ ਨਾਲ ਹੀ ਅਤੇ ਉਹਨਾਂ ਦੀ ਅਡੋਲ ਤਾਲੀ ਅਰਦਾਸਾਂ ਅੰਦਰ ਜੁੜੇ ਖੜੇ ਸਨ ਅਤੇ ਅਜਰ ਮੁਸੀਬਤਾਂ ਨੂੰ ਖਿੜੇ ਮੱਥੇ ਜਰਨ ਦਾ ਜੋ ਸਾਹਸ ਗੁਰੂ ਦੀ ਸਿੱਖੀ ਨੇ ਉਹਨਾਂ ਦੇ ਅੰਦਰ ਭਰ ਦਿੱਤਾ ਹੋਇਆ ਸੀ ਉਹ ਉਸੇ ਦਾ ਸਦਕਾ ਸੀ ਕਿ ਇਹ ਜਾਣਦੇ ਹੋਏ ਵੀ ਕਿ ਉਹਨਾਂ ਨਾਲ ਅਤਿਆੰਤ ਤੱਕਾ ਤੇ ਜ਼ਬਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਅੰਦਰ ਬਦਲਾ ਲੈਣ ਦੀ ਭਾਵਨਾ ਪੈਦਾ ਨਹੀਂ ਸੀ ਹੋਈ ਇਸ ਸਾਰੀ ਘਟਨਾ ਨੂੰ ਕਿਸੇ ਮਾਮੂਲੀ ਜਾਇਦਾਦ ਜਾਂ ਜ਼ਮੀਨ ਦੇ ਕਬਜ਼ਾ ਲੈਣ ਦਾ ਮਸਲਾ ਜਾਣਨਾ ਭੁੱਲ ਹੈ ਇਸ ਸਾਰੀ ਘਟਨਾ ਨੂੰ ਕਿਸੇ ਮਾਮਲੀ ਜਾਇਦਾਦ ਜਾਂ ਜ਼ਮੀਨ ਦੇ ਕਬਜ਼ਾ ਲੈਣ ਦਾ ਮਸਲਾ ਜਾਨਣਾ ਭੁੱਲ ਹੈ ਇਸ ਦੀ ਮਹੱਤਤਾ ਦੇ ਸਾਹਮਣੇ ਜਾਇਦਾਦ ਦਾ ਤਾਂ ਇੱਕ ਨਿਹਾਇਤ ਹੀ ਨਿਗੁਣਾ ਜੈਸਾ ਸਵਾਲ ਸੀ ਇਹ ਤਾਂ ਇੱਕ ਨਵੀਂ ਕਿਸਮ ਦੀ ਸਹਿਨ ਜਰਨ ਦੀ ਸੂਰਮ ਗਤੀ ਸੀ ਜੋ ਇਹ ਦੇਸ਼ ਪੇਸ਼ ਕਰ ਰਿਹਾ ਸੀ ਦੁਨੀਆਂ ਨੂੰ ਇਕਲਾਈ ਲੜਾਈ ਵੈਗੁਰੂ ਦੁਨੀਆਂ ਨੂੰ ਇਕਲਾਕੀ ਲੜਾਈ ਲੜੰਦਾ ਇਕਲਾਕੀ ਲੜਾਈ ਲੜੰਦਾ ਨਵਾਂ ਸਬਕ ਸਿਖਾਇਆ ਜਾ ਰਿਹਾ ਸੀ ਇੱਕ ਵੱਡੀ ਮਹੱਤਵਪੂਰਨ ਗੱਲ ਜਿਸ ਦਾ ਮੈਂ ਹੁਣ ਤੱਕ ਜ਼ਿਕਰ ਨਹੀਂ ਕੀਤਾ ਸੱਟਾਂ ਸੈਨ ਵਾਲਿਆਂ ਦੇ ਸਾਹਸ ਦੀ ਸੀ ਘਟ ਹੀ ਕੋਈ ਅਜੀਹਾ ਅਕਾਲੀ ਮੇਰੀ ਨਜ਼ਰੀ ਪਿਆ ਹੋਵੇਗਾ ਜੋ ਡਾਂਗ ਦੇ ਵਾਰ ਦੇ ਸਾਹਮਣੇ ਚਿਚਕਿਆ ਹੋਵੇ ਵਾਰ ਪੈਂਦੇ ਵੇਖ ਅਕਾਲੀਆਂ ਦੇ ਚਿਹਰਿਆਂ ਤੇ ਕਿਸੇ ਤਰ੍ਹਾਂ ਦੇ ਭੈ ਦੀ ਕੋਈ ਨਿਸ਼ਾਨੀ ਸੀ ਅਤੇ ਨਾ ਹੀ ਬਦਲਾ ਲੈਣ ਦੇ ਵਿਚਾਰ ਦੀ ਕੋਈ ਭਾਵਨਾ ਸੀ ਇਹ ਹਵਾਲਾ ਪ੍ਰੋਫੈਸਰ ਰੂਚੀ ਰਾਮ ਸ੍ਰੀ ਸੁન્દ્રਮ ਪ੍ਰੋਫੈਸਰ ਤੇਜਾ ਸਿੰਘ ਅਤੇ ਭਗਤ ਲక్ష్ਮਨ ਸਿੰਘ ਦੀਆਂ ਪੁਸਤਕਾਂ ਵਿੱਚੋਂ ਲਿਆ ਗਿਆ ਹੈ 12 ਸਤੰਬਰ ਤੋਂ ਪਿੱਛੋਂ ਵੀ 7 ਨਵੰਬਰ ਤੱਕ ਹਰ ਰੋਜ਼ 100 ਸਿੰਘਾਂ ਦਾ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਕੇ ਬਾਗ ਨੂੰ ਜਾਂਦਾ ਰਿਹਾ ਬਰੰਤੂ ਹੁਣ ਪੁਲਿਸ ਵੱਲੋਂ ਮਾਰਕੁੱਟਾਈ ਕਰਨ ਦੀ ਬਜਾਏ ਉਹਨਾਂ ਨੂੰ ਫੜ ਲਿਆ ਜਾਂਦਾ ਅਤੇ ਅਦਾਲਤੋਂ ਸਜ਼ਾ ਦਿਵਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਇਸ ਸਿਲਸਿਲੇ ਵਿੱਚ ਹੀ 25 ਅਕਤੂਬਰ ਨੂੰ 100 ਫੌਜੀ ਪੈਨਸ਼ਨਰਾਂ ਦਾ ਜੱਥਾ ਪੈਨਸ਼ਨਰਾਂ ਦਾ ਜੱਥਾ ਸਰਦਾਰ ਅਮਰ ਸਿੰਘ ਜਿਸ ਨੇ 23 ਸਾਲ ਅੰਗਰੇਜ਼ ਸਰਕਾਰ ਦੀ ਨੌਕਰੀ ਕੀਤੀ ਸੀ ਦੀ ਜਥੇਦਾਰੀ ਹੇਠ ਗੁਰੂ ਕੇ ਬਾਗ ਨੂੰ ਜਾਂਦਾ ਫੜਿਆ ਗਿਆ ਇਨ੍ਹਾਂ ਵਿੱਚੋਂ 74 ਸਿੰਘਾਂ ਨੂੰ ਅਦਾਲਤ ਤੋਂ 2-2 ਸਾਲ ਦੀ ਕੈਦ ਬਾ ਮੁਸ਼ੱਕਤ ਤੇ 100-100 ਰੁਪਏ ਜੁਰਮਾਨਾ ਅਤੇ 26 ਨੂੰ 6 ਮਹੀਨੇ ਦੀ ਬਿਨਾ ਮੁਸ਼ੱਕਤ ਕੈਦ ਦੇ ਸੋਰ ਜਰਮਾਨਾ ਹੋਇਆ ਇਸ ਫੌਜੀ ਜਥੇ ਵੱਲੋਂ ਜੋ ਸਾਂਝਾ ਲਿਖਤੀ ਬਿਆਨ ਸਰਦਾਰ ਅਮਰ ਸਿੰਘ ਨੇ ਦਿੱਤਾ ਉਸ ਵਿੱਚੋਂ ਕੁਝ ਸ਼ਬਦ ਪਾਠਕਾਂ ਦੀ ਦਿਲਚਸਪੀ ਦਾ ਕਾਰਨ ਹੋਣਗੇ ਉਹ ਬਿਆਨ ਇਸ ਪ੍ਰਕਾਰ ਸੀ ਇਸ ਮੌਕੇ ਤੇ ਅਸੀਂ ਸਰਕਾਰ ਪ੍ਰਤੀ ਇਹ ਸਪਸ਼ਟ ਦੱਸਣਾ ਚਾਹੁੰਦੇ ਹਾਂ ਇਸ ਮੌਕੇ ਤੇ ਅਸੀਂ ਸਰਕਾਰ ਪ੍ਰਤੀ ਇਹ ਸਪਸ਼ਟ ਦੱਸਣਾ ਚਾਹੁੰਦੇ ਹਾਂ ਕਿ ਗੁਰਦੁਆਰਾ ਸੁਧਾਰ ਲਹਿਰ ਖਾਸ ਕਰਕੇ ਗੁਰੂ ਕੇ ਬਾਗ ਦੇ ਮੋਰਚੇ ਸੰਬੰਧੀ ਸਿੱਖਾਂ ਦੇ ਕੀ ਜਜ਼ਬਾਤ ਹਨ ਸਾਡੇ ਜਥੇ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਅੰਗਰੇਜ਼ ਸਰਕਾਰ ਦੀਆਂ ਅਜਿਹੀਆਂ ਖਿਦਮਤਾਂ ਕੀਤੀਆਂ ਹੋਈਆਂ ਹਨ ਜਿਨ੍ਹਾਂ ਤੇ ਹਰ ਭਲਾ ਮਨੁੱਖ ਫਕਰ ਫਕਰ ਕਰ ਸਕਦਾ ਹੈ ਅਸੀਂ ਤੀਰਾਹ ਚਿਤਰਾਲ ਅਫਗਾਨਿਸਤਾਨ ਬਰਮਾ ਚੀਨ ਪੂਰਬੀ ਅਫਰੀਕਾ ਸੁਡਾਨ ਮਿਸਰ ਈਰਾਨ ਮੈਸੋਪੋਟਾਮੀਆ ਪੈਲੇਸਟਾਈਨ ਪੈਲੇਸਟਾਈਨ ਗੋਲੀਪੋਲੀ ਰੂਸ ਫਰਾਂਸ ਅਤੇ ਅਨੇਕਾਂ ਹੋਰ ਛੋਟੀਆਂ ਥਾਵਾਂ ਦੇ ਅੰਗਰੇਜ਼ ਦੀਆਂ ਲੜਾਈਆਂ ਲੜੀਆਂ ਅਤੇ ਸਿਖਰ ਦੀਆਂ ਗਰਮੀਆਂ ਸਰਦੀਆਂ ਆਪਣੇ ਸਿਰ ਝੱਲੀਆਂ ਹਨ ਸਾਡੇ ਹਜ਼ਾਰਾਂ ਸਿੱਖ ਜਵਾਨਾਂ ਨੂੰ ਲਗਾਤਾਰ ਕਈ ਕਈ ਦਿਨ ਫਰਾਂਸ ਦੇ ਬਰਫਵਤ ਠੰਡੇ ਪਾਣੀਆਂ ਵਿੱਚ ਵਾਹਿਗੁਰੂ ਬਰਫਵਤ ਠੰਡੇ ਪਾਣੀਆਂ ਵਿੱਚ ਖੜੇ ਰਹਿਣਾ ਪਿਆ ਹੈ ਅਤੇ ਰੁਮੇਦੀ ਤੇ ਮੌਸਮ ਮੈਸੋਪੋਟੇਮੀਆ ਦੀ 135 ਡਰਜੇ ਦੀ ਗਰਮੀ ਵਿੱਚ ਲੜਨਾ ਪਿਆ ਹੈ ਜਿੱਥੇ ਘਟ ਘਟ ਸਾਡੇ 190 ਜਵਾਨ ਪਾਣੀ ਹੋਟਿਓ ਤਿਹਾਈ ਮਰ ਗਏ ਕਤਲ ਅਮਾਰਾ ਤੇ ਜਿੱਥੇ ਕਿਸੇ ਪ੍ਰਕਾਰ ਦੀ ਸਹਾਇਤਾ ਪਹੁੰਚਣ ਦੀ ਦੂਰ ਦੀ ਵੀ ਕੋਈ ਆਸ ਨਹੀਂ ਸੀ ਨਾ ਤਾਰ ਮੇਲ ਦੇ ਕੋਈ ਸਾਧਨ ਰਹੇ ਸਨ ਨਾ ਖੁਰਾਕ ਪਹੁੰਚ ਸਕਦੀ ਸੀ ਅਸੀਂ ਘੋੜਿਆਂ ਅਤੇ ਖੱਜਣਾ ਤੇ ਮਾਸ ਤੇ guzara ਕੀਤਾ ਅਸੀਂ ਘੋੜਿਆਂ ਅਤੇ ਖੱਜਣਾ ਦੇ ਮਾਸ ਤੇ guzara ਕੀਤਾ ਸਾਡੇ ਵਿੱਚ 25 ਉਹ ਜਵਾਨ ਹਨ ਜਿਹੜੇ ਜ਼ਖਮੀ ਹੋ ਕੇ ਹੋਰ ਫੌਜੀ ਨੌਕਰੀ ਕਰਨ ਦੇ ਯੋਗ ਨਾ ਰਹੇ ਇੱਕ ਦੀ ਲੱਤ ਕੱਟੀ ਗਈ ਅਤੇ ਦੋ ਦੀਆਂ ਅੱਖਾਂ ਗੈਸ ਨਾਲ ਖਰਾਬ ਹੋ ਗਈਆਂ ਲਗਭਗ ਸਾਡੇ ਸਾਰਿਆਂ پاس ਵਿਸ਼ੇਸ਼ ਸੇਵਾ ਦੇ ਤਗਮੇ ਹਨ ਅਤੇ ਐਸ ਐਮ ਜਿਤਨ ਦੀ ਵਿਸ਼ੇਸ਼ਤਾਈ ਪ੍ਰਾਪਤ ਹੈ ਪਰ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਤੋਂ ਹੀ ਸਰਕਾਰ ਦਾ ਜੋ ਰਵਈਆ ਇਸ ਲਹਿਰ ਨਾਲ ਵਿਹਾ ਹੈ ਉਸ ਦਾ ਸਾਨੂੰ ਵੱਡਾ ਦੁੱਖ ਹੈ ਅਤੇ ਸਮੇ ਦੇ ਨਾਲ-ਨਾਲ ਸਾਡੇ ਮਨਾਂ ਦੀ ਇਹ ਪੀੜਾ ਦਿਨੋ-ਦਿਨ ਵਧਦੀ ਗਈ ਹੈ ਅਸੀਂ ਨਨਕਾਣਾ ਸਾਹਿਬ ਦਾ ਭਿਆਨਕ ਸਾਕਾ ਅੱਖੀ ਵੇਖ ਚੁੱਕੇ ਹਾਂ ਫੇਰ ਸਾਡੇ ਬੇਗੁਨਾਹ ਬੰਦਿਆਂ ਨੂੰ ਫੜ-ਫੜ ਜੇਲਾਂ ਵਿੱਚ ਸੁੱਟਣ ਦੀ ਜੋ ਹਮਦਰਦੀ ਸਰਕਾਰ ਨੇ ਦੱਸੀ ਹੈ ਅਤੇ ਜੋ ਇਨਸਾਫ ਸਾਡੇ ਬੇਮਿਸਾਲ ਵੈਸ਼ੀਆਂਨਾ ਅਤੇ ਬੇਰਹਿਮਾਨਾ ਕਤਲਿਆਂ ਦਾ ਹਾਈ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਅਤੇ ਜੋ ਇਨਸਾਫ ਸਾਡੇ ਬੇਮਿਸਾਲ ਵੈਸ਼ਿਆਨਾ ਅਤੇ ਬੇਰਹਿਮਾਨਾ ਕਤਲਾਂ ਦਾ ਹਾਈ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਸਾਡੇ ਸਾਹਮਣੇ ਹੈ ਫਿਰ ਕਿਰਪਾਨ ਅਤੇ ਕਾਲੀ ਪਗੜੀ ਸਜਾਉਣ ਅਤੇ ਦਰਬਾਰ ਸਾਹਿਬ ਦੀਆਂ ਚਾਬੀਆਂ ਦੇ ਮਾਮਲੇ ਵਿੱਚ ਸਾਡੇ ਨਾਲ ਜੋ ਸਖਤੀਆਂ ਹੋਈਆਂ ਹਨ ਉਹਨਾਂ ਦੇ ਰਾਇਤਾ ਦੀ ਧਾਰਮਿਕ ਆਜ਼ਾਦੀ ਵੀ ਇਸ ਧਾਰਮਿਕ ਆਜ਼ਾਦੀ ਵਿੱਚ ਦਖਲ ਨਾ ਦੇਣ ਸੰਬੰਧੀ ਅੰਗਰੇਜ਼ ਸਰਕਾਰ ਦੀਆਂ ਮਾਰੀਆਂ ਡੀਂਗਾ ਅਤੇ ਦਿੱਤੇ ਬਚਨਾ ਨੂੰ ਬਿਲਕੁਲ ਨੰਗਾ ਕਰ ਦਿੱਤਾ ਹੈ ਇਹ ਸਭ ਕੁਝ ਅਸੀਂ ਅੱਖੀਂ ਵੇਖਿਆ ਸੁਣਿਆ ਅਤੇ ਸਿੱਖ ਹੋਣ ਦੇ ਨਾਤੇ ਮਹਿਸੂਸ ਕੀਤਾ ਹੈ ਬਲਕਿ ਇਕ ਸੱਚੇ ਤੇ ਸੁੱਚੇ ਅਤੇ ਗੈਰਾਂ ਦੀ ਇਮਾਨਦਾਰੀ ਪਰ ਪੂਰਾ ਪਰੋਸਾ ਰੱਖਣ ਵਾਲੇ ਮਿੱਤਰ ਦੀ ਨਿਆਈ ਸਾਡੇ ਦਿਲ ਤੇ ਇਸ ਗੱਲ ਦੀ ਕਰਾਰੀ ਚੋਟ ਲੱਗੀ ਹੈ ਕਿ ਅਸੀਂ ਅੰਗਰੇਜ਼ ਸਰਕਾਰ ਹੱਥੋਂ ਧੋਖਾ ਖਾ ਗਏ ਗੁਰੂ ਕੇ ਬਾਗ ਦੀ ਘਟਨਾ ਇਸ ਸਾਰੀ ਵਾਰਤਾ ਦਾ ਸਿਖਰ ਹੈ ਦੋ ਮਹੀਨਿਆਂ ਤੋਂ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਅਸੀਂ ਵੇਖਦੇ ਆ ਰਹੇ ਹਾਂ ਕਿ ਸਾਡੇ ਭਰਾ ਕਿਤਨੀ ਬੇਦਰਦੀ ਨਾਲ ਬੇਦਰਦੀ ਨਾਲ ਖਿਲਾਫ ਕਾਨੂੰਨ ਮਾਰੇ ਕੁੱਟੇ ਜਾਂਦੇ ਰਹੇ ਪਵਿੱਤਰ ਕੇਸਾਂ ਅਤੇ ਦਾੜੀਆਂ ਤੋਂ ਫੜ ਕੇ ਤਰੂਏ ਗਏ ਸਾਡੇ ਗੁਰੂ ਸਾਹਿਬਾਨ ਦੀ ਸ਼ਾਨ ਦੇ ਉਲਟ ਹੱਤਕ ਤੇ ਉਕਸਾਹਤ ਭਰੇ ਹੂ ਬਚਨ ਬੋਲੇ ਗਏ ਪੁਲਿਸ ਵੱਲੋਂ ਕਾਨੂੰਨ ਦੇ ਨਾਂ ਤੇ ਅਤ ਦਰਜੇ ਦੀ ਬੇਕਾਨੂੰਨੀ ਵਰਤੀ ਗਈ ਅਤੇ ਇਹ ਸਭ ਕੁਝ ਬਿਨਾ ਕਿਸੇ ਕਾਰਨ ਅਮਨ ਦੇ ਨਾਮ ਤੇ ਕੀਤਾ ਗਿਆ ਜਦੋਂ ਇਹ ਗੱਲ ਸਾਡੇ ਸਹਿਨ ਕਰਨ ਤੋਂ ਬਾਹਰ ਹੋ ਗਈ ਤਾਂ ਅਖੀਰ ਮਜਬੂਰ ਹੋ ਕੇ ਸਾਨੂੰ ਆਪਣੇ ਗੁਰੂ ਅਤੇ ਪੰਥ ਦੀ ਸੇਵਾ ਵਾਸਤੇ ਮੈਦਾਨ ਵਿੱਚ ਆਉਣਾ ਪਿਆ ਹੈ ਤਾਂ ਕਿ ਸਾਨੂੰ ਵੀ ਉਸ ਹੀਠੀ ਅਤੇ ਦੂਰਦਸ਼ਾ ਜੋ ਸਾਡੇ ਭਰਾਵਾਂ ਦੀ ਹੋਈ ਹੈ ਦਾ ਸਹੀ ਅਨੁਮਾਨ ਹੋ ਸਕੇ ਅਤੇ ਅਸੀਂ ਖੁਸ਼ ਹਾਂ ਕਿ ਪੁਲਿਸ ਨੇ ਉਸ ਦਾ ਥੋੜਾ ਜਿਹਾ ਸਵਾਦ ਚਖਾਉਣ ਦੀ ਸਾਡੇ ਉੱਪਰ ਵੀ ਮਿਹਰਬਾਨੀ ਕੀਤੀ ਹੈ ਪੁਲਿਸ ਨੇ ਪਹਿਲੇ ਸਾਨੂੰ ਨੰਗਿਆ ਕਰਕੇ ਅਤਨੀਵੇਂ ਇਕਲਾਕੀ ਕੈਦੀਆਂ ਵਾਂਗ ਸਾਡੀ ਤਲਾਸ਼ੀ ਲਈ ਅਤੇ ਫਿਰ ਸਾਡੇ ਉੱਪਰ ਐਨਾ ਸਖਤ ਪਹਿਰਾ ਰੱਖਿਆ ਕਿ ਰਾਤ ਦੇ 11 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਸਾਨੂੰ ਟੱਟੀ ਪਸ਼ਾਬ ਦੀ ਆਗਿਆ ਵੀ ਨਹੀਂ ਦਿੱਤੀ ਅਤੇ ਹੁਣ ਉਹ ਲੋਕ ਸਾਨੂੰ ਹੱਤ ਕੜੀਆਂ ਲਾਉਣਗੇ ਜਿਨ੍ਹਾਂ ਨੂੰ ਅਸੀਂ ਆਪਣੇ ਮਿੱਤਰ ਜਾਣ ਕੇ ਐਨਾ ਲੰਮਾ ਸਮਾਂ ਆਪਣਾ ਆਪ ਮਾਰ ਕੇ ਉਹਨਾਂ ਦੀ ਸੇਵਾ ਕਰਦੇ ਰਹੇ ਹਾਂ ਪਰ ਅਸੀਂ ਆਪਣੇ ਆਪ ਨੂੰ ਵੱਡੇ ਸੁਭਾਗੇ ਸਮਝਦੇ ਹਾਂ ਜੋ ਗੁਰੂ ਕੇ ਬਾਗ ਦੀ ਜ਼ਮੀਨ ਵਿੱਚ ਗੁਰੂ ਦੇ ਲੰਗਰ ਵਾਸਤੇ ਲੱਕੜ ਕੱਟਣ ਆਏ ਅਸੀਂ ਫੜੇ ਗਏ ਹਾਂ ਅਤੇ ਹੁਣ ਜੇਲ੍ਹ ਵਿੱਚ ਭੇਜੇ ਜਾ ਰਹੇ ਹਾਂ ਜਿਸ ਨੂੰ ਅਸੀਂ ਬੇਹਸ਼ਤ ਸਮਝਦੇ ਸਮਝਦੇ ਹਾਂ ਕਿਉਂਕਿ ਅਜੇਹਾ ਕਰਕੇ ਅਸੀਂ ਪਵਿੱਤਰ ਗੁਰਦੁਆਰਿਆਂ ਅੰਦਰੋਂ ਭ੍ਰਿਸ਼ਟਾਚਾਰ ਦੀ ਮੈਲ ਮਿੱਟੀ ਧੋ ਰਹੇ ਹਾਂ ਗੁਰਦੁਆਰਾ ਰਿਫਾਰਮ ਮੂਵਮੈਂਟ ਐਂਡ ਸਿੱਖ ਅਵੇਕਨਿੰਗ ਸੰਗਤ ਜੀ ਬਾਕੀ ਫੇਰ ਪੜਾਂਗੇ ਕੱਲ ਕਰਾਂਗੇ ਵਾਹਿਗੁਰੂ ਸੰਗਾ ਜੀ ਰੈਰਾ ਸਾਹਿਬ ਦਾ ਸਮਾ ਹੋ ਗਿਆ ਆ ਗਿਆ ਬਖਸ਼ਨੀ ਸੰਗਤ ਜੀ ਇਹ ਸਭ ਜੋ ਅਸੀਂ ਪੜ ਰਹੇ ਆ ਆਪ ਜੀ ਵੀ ਜਾਣਦੇ ਹੋ ਸਾਰੇ ਬੈਠੇ ਆ ਅਸੀਂ ਕੁਝ ਨਹੀਂ ਸਾਨੂੰ ਪਤਾ ਹੀ ਨਹੀਂਗਾ ਹਰ ਵਾਰ ਅਈ ਬਾਾਰ ਬਾਾਰ ਗਲ ਦਿਮਾਗ ਵਿੱਚ ਆਂਦੀ ਏ ਸਾਨੂੰ ਇੱਕ ਇੱਕ ਕਤਰਾ ਵੀ ਨਹੀਂ ਪੜਾਇਆ ਗਿਆ ਸਾਨੂੰ ਪਤਾ ਹੀ ਨਹੀਂ ਹੈ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਕ ਵਿੱਚ ਕਿਤਾਬ ਵਿੱਚ ਪੜਦੇ ਆ ਬਹੁਤ ਸਾਰੇ ਸ਼ਬਦਾਂ ਦੀ ਪਰਦੇ ਅਨਗੈਲੀ ਹੋ ਜਾਂਦੀ ਹੈ ਖੀਮਾ ਕਰਨਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤ